ਤੇ ਦਾਦੀ ਕਾਰਨ ਪੂਰੇ ਦੇਸ਼ ਦੇ ਵਿੱਚ ਲਾਕਡਾਊਨ ਕੀਤਾ ਗਿਆ, ਪਰ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰਨ ਦੇ ਲਈ ਆਲ ਇੰਡੀਆ ਬਟਵਾਲ ਬਿਰਾਦਰੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਗਰੀਬ ਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਗਰੀਬ ਪਰਿਵਾਰ ਅਤੇ ਲੋੜਵੰਦ ਪਰਿਵਾਰਾਂ ਨੂੰ ਰੋਟੀ, ਦਵਾ ਅਤੇ ਉਹਨਾਂ ਦੀ ਦੇਖਭਾਲ ਕਰਨਾ ਉਹਨਾਂ ਦਾ ਕਰਤੱਵ ਬਣਦਾ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਸਹਿਯੋਗ ਕਰਨਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਘਰਾਂ ਦੇ ਵਿੱਚ ਰਹਿਣ ਤਾਂ ਹੀ ਲੋਕ ਸੁਰੱਖਿਅਤ ਰਹਿ ਸਕਦੇ ਨੇ। ਇਸ ਮੌਕੇ ਟੀਮ ਦਾ ਕਹਿਣਾ ਸੀ, ਜੇਕਰ ਲੋੜ ਪੈਂਦੀ ਹੈ ਤਾਂ ਅਸੀਂ ਮਦਦ ਲਈ ਪੂਰੀ ਟੀਮ ਦੇ ਨਾਲ ਤਿਆਰ ਹੋਵਾਂਗੇ। 29 ਤਰੀਕ ਤੋਂ ਅਸੀਂ ਲੰਗਰ ਚਾਲੂ ਕੀਤਾ ਸੀ, ਜਿਹੜਾ ਕਿ ਅਸੀਂ 10-12 ਦਿਨ ਸਾਨੂੰ ਹੋ ਗਏ ਨੇ। ਉਹਦੇ ਵਿੱਚ ਅਸੀਂ ਸਾਰਿਆਂ ਨੂੰ ਪਹਿਲਾਂ ਬਣਾ ਕੇ ਖਾਣਾ, ਸਾਰਾ ਸਾਡਾ ਪਰਿਵਾਰ, ਸਾਰੀ ਟੀਮ ਲੱਗੀ ਹੋਈ ਹੈ ਔਰ ਸਾਰੇ ਹੀ ਸਾਡੇ ਜਿੰਨੇ ਸੱਜਣ ਮਿੱਤਰ ਸਾਰਿਆਂ ਨੂੰ ਅਸੀਂ, ਜਿਨ੍ਹਾਂ ਦੇ ਸਾਨੂੰ ਫੋਨ ਆ ਰਹੇ ਨੇ, ਹੁਣ ਅਸੀਂ ਫੋਨ ਨੰਬਰ ਵੀ ਦਿੱਤਾ ਆਪਣਾ, ਵੀ ਜਿਸ ਕਿਸੇ ਪਰਿਵਾਰ ਨੂੰ ਲੋੜ ਹੈ ਰਾਸ਼ਨ ਦੀ ਉਹ ਸਾਡੇ ਨਾਲ ਸੰਪਰਕ ਕਰੇ। ਇਸ ਕਰਕੇ ਅਸੀਂ ਨਰਿੰਦਰ ਮੋਦੀ ਪ੍ਰਧਾਨ ਜੀ, ਜਿਹੜੇ ਕਿ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਕਿ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ, ਉਹਨਾਂ ਨੇ ਜੋ ਇਹ ਲੋਕਡਾਊਨ ਕੀਤਾ ਉਹਦੇ ਵਿੱਚ ਸਾਡੇ ਪਰਿਵਾਰਾਂ ਦੀ ਸੁਰੱਖਿਆ ਜੋ ਕੀਤੀ ਗਈ ਹੈ, ਅਸੀਂ ਉਹਨਾਂ ਨੂੰ ਵੀ ਧੰਨਵਾਦ ਕਰਦੇ ਹਾਂ। ਜਿਹੜੇ ਵੀਰ ਸਾਡੇ ਪ੍ਰਸ਼ਾਸਨ, ਜਿਹੜਾ ਕਿ ਜੋ ਅੱਜ ਸਾਰੇ ਭਾਰਤ ਵਿੱਚ ਲੋਕਡਾਊਨ ਦੇ ਮੁਤਾਬਕ ਜੇ ਸਾਰੇ ਹੀ ਆਪਣੀਆਂ ਜਾਨਾਂ ਨੂੰ ਤਲੀਆਂ 'ਤੇ ਰੱਖ ਕੇ ਖੜ੍ਹੇ ਨੇ ਸਾਡੇ ਪਰਿਵਾਰਾਂ ਲਈ, ਅਸੀਂ ਉਹਨਾਂ ਨੂੰ ਵੀ ਸਲੂਟ ਕਰਦੇ ਹਾਂ। ਜਿਹੜੇ ਕਿ ਡਾਕਟਰ ਨੇ, ਡਾਕਟਰਾਂ ਨਾਲ ਵੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਇਹਨਾਂ ਸਾਰਿਆਂ ਦਾ ਇਲਾਜ ਕਰ ਰਹੇ ਨੇ ਔਰ ਸਾਰੇ ਜਿੰਨੇ ਵੀ ਸਾਡੇ ਦੇਸ਼ ਭਾਰਤ ਵਿੱਚ ਇਹ ਜਣੇ ਚੱਲ ਰਿਹਾ ਕਰੋਨਾ ਵਾਇਰਸ, ਔਰ ਇਸ ਕਰਕੇ ਕਿ ਸਾਡੇ ਪ੍ਰਧਾਨ ਜੀ ਨੇ ਬਹੁਤ ਵਧੀਆ ਇਹ ਜਿਹੜਾ ਉਪਰਾਲਾ ਕੀਤਾ, ਸਾਡੇ ਇੱਥੇ ਕਮਿਸ਼ਨ ਸਾਹਿਬ ਰਜੇਸ਼ ਅਗਰਵਾਲ ਜੀ, ਜਿਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਪ੍ਰਸ਼ਾਸਨ ਨੂੰ ਗਾਈਡਨੈਂਸ ਦਿੱਤੀ ਔਰ ਉਹਦੇ ਮੁਤਾਬਕ ਹੀ ਸਾਰੇ ਸਾਡੇ ਜੋ ਪ੍ਰਸ਼ਾਸਨ ਹੈ ਉਹ ਸਾਰਾ ਦਿਨ ਰਾਤ ਡਿਊਟੀ ਨਿਭਾ ਰਿਹਾ। ਇਸ ਕਰਕੇ ਮੈਂ ਮੇਰੇ ਜਿਹੜੇ ਕਿ ਆਲ ਇੰਡੀਆ ਬਟਵਾਲ ਬਰਾਦਰੀ ਵੈਲਫੇਅਰ ਐਸੋਸੀਏਸ਼ਨ ਦੇ ਟੀਮ ਹੈ ਉਹ ਸਾਰੀ ਸਾਡੀ ਸਟੇਟਾਂ 'ਚ ਔਰ ਸਾਰੇ, ਮੈਂ ਸਾਰਿਆਂ ਨੂੰ ਕਿਹਾ ਵੀ ਜਿੱਥੇ ਜਿੱਥੇ ਵੀ ਕੋਈ ਗਰੀਬ ਪਰਿਵਾਰ ਹੈ ਉਹਨਾਂ ਨੂੰ, ਸਾਰਿਆਂ ਨੂੰ ਰਾਸ਼ਨ ਮੁਹੱਈਆ ਕਰਾਓ। ਔਰ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ 1 ਕਿਲੋ ਵੀ ਕਿਸੇ ਨੂੰ ਰਾਸ਼ਨ ਦਿੱਤਾ, ਔਰ ਮੈਂ ਬਹੁਤ ਧੰਨਵਾਦੀ ਹਾਂ ਕਿ ਇੱਕ ਭੁੱਖਾ ਜੀ ਹੈ ਕਿ ਜਿਹਨਾਂ ਉਹਨਾਂ ਨੇ ਜਾ ਕੇ ਉਹਨਾਂ ਨੂੰ ਰਾਸ਼ਨ ਦਿੱਤਾ, ਉਹਨਾਂ ਨੇ ਆਪਣਾ ਢਿੱਡ ਭਰਿਆ ਔਰ ਸਮੇਂ-ਸਮੇਂ ਨਾਲ ਅਸੀਂ ਹਰ ਤਰ੍ਹਾਂ ਨਾਲ ਅਸੀਂ ਸਾਰੇ ਪਰਿਵਾਰਾਂ ਨਾਲ ਖੜ੍ਹੇ ਹਾਂ ਔਰ ਜਿਸ ਬੰਦੇ ਨੂੰ ਵੀ ਸਾਡੀ ਰਾਸ਼ਨ ਦੀ ਲੋੜ ਹੈ ਉਹ ਸਾਨੂੰ ਸੰਪਰਕ ਕਰੇ, ਉਹਦੇ ਮੁਤਾਬਕ ਅਸੀਂ ਹੁਣ ਸੁੱਕਾ ਰਾਸ਼ਨ ਅਸੀਂ ਵੰਡ ਰਹੇ ਹਾਂ ਔਰ ਅੱਜ ਵੀ ਅਸੀਂ ਘੱਟੋ ਘੱਟ ਵੀ 20-25 ਪਰਿਵਾਰਾਂ ਨੂੰ ਅਸੀਂ ਅੱਜ ਵੀ ਅਸੀਂ ਰਾਸ਼ਨ ਵੰਡਿਆ। ਇਸ ਕਰਕੇ ਮੈਂ ਸਾਰਿਆਂ ਦਾ, ਸਾਰੇ ਪਰਿਵਾਰਾਂ ਦਾ ਔਰ ਸਾਰੇ ਪ੍ਰਸ਼ਾਸਨ ਦਾ, ਸਾਰੇ ਡਾਕਟਰਾਂ ਦਾ ਔਰ ਸਾਰੇ ਸਾਡੇ ਸਫਾਈ ਕਰਮਚਾਰੀਆਂ ਦਾ, ਜਿਹੜੇ ਸਫਾਈ ਕਰਮਚਾਰੀ ਨੇ ਦੇਖੋ ਸੁਬਹਾ ਤੋਂ ਡਿਊਟੀ ਕਰਦੇ ਨੇ ਔਰ ਉਹਨਾਂ ਨੇ ਵੀ ਬਹੁਤ ਇਹ ਅਹਿਮ ਜਿਹੜਾ ਰੋਲ ਹੈ ਉਹਨਾਂ ਦਾ ਵੀ ਬਹੁਤ ਵੱਡਾ ਹੈ। ਸਿਟੀ ਓਨ ਨਿਊਜ਼ ਦੇ ਲਈ ਵਿਕਾਸ ਪਾਂਡੇ ਦੀ ਰਿਪੋਰਟ।